ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਟਰੈਕਟਰ ਮਾਫੀਆ ਚੈਨਲ 'ਤੇ, ਅਤੇ ਹਾਜ਼ਰ ਹੋਏ ਇੱਕ ਨਵੀਂ ਜਾਣਕਾਰੀ ਦੇ ਨਾਲ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਤੇਜ਼ੀ ਨਾਲ ਕਦਮ ਉਠਾ ਰਹੀ ਹੈ। ਇਸ ਸਮੇਂ ਵਿੱਚ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਸਹੀ ਰੇਟ ਦੇਣ ਦੇ ਲਈ ਈ ਮੰਡੀਆਂ ਦਾ ਦਾਇਰਾ ਵਧਾਉਣ ਦਾ ਕੰਮ ਕਰ ਰਹੀ ਹੈ। CNBC ਆਵਾਜ਼ ਸੂਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਈ ਮੰਡੀਆਂ ਨਾਲ ਰਾਜਾਂ ਦੇ ਵਿੱਚ ਆਸਾਨੀ ਨਾਲ ਕਾਰੋਬਾਰ ਹੋ ਸਕੇ, ਇਸ ਕਰਕੇ ਸਾਰੀਆਂ ਮੰਡੀਆਂ ਨੂੰ ਤੇਜ਼ੀ ਨਾਲ ਆਪਸ ਵਿੱਚ ਜੋੜਨ ਦਾ ਕੰਮ ਚੱਲ ਰਿਹਾ ਹੈ। ਟ੍ਰੇਡਰਸ ਹੁਣ ਖਰੀਦਦਾਰੀ ਨਾਲ ਪਹਿਲਾਂ ਕਮੋਡਿਟੀਜ਼ ਦੀ ਕੁਆਲਿਟੀ ਨੂੰ ਚੈੱਕ ਕਰ ਸਕੇ। ਇਸ ਦੇ ਲਈ ਸਰਕਾਰ ਨੇ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਕੁਆਲਿਟੀ ਚੈੱਕ ਲੈਬ ਬਣਾਉਣ ਦਾ ਵੀ ਫੈਸਲਾ ਕੀਤਾ। ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਖੇਤੀਬਾੜੀ ਨਾਲ ਜੁੜੇ ਕਿਸਾਨ ਸੰਗਠਨਾਂ ਦੇ ਬਜਟ ਨੂੰ ਲੈ ਕੇ ਕਈ ਸੁਝਾਅ ਦਿੱਤੇ ਹਨ। ਸਰਕਾਰ ਮੌਜੂਦਾ ਵਿੱਤ ਸਾਲ 2019-2020 ਦੇ ਬਜਟ ਵਿੱਚ ਫੂਡ ਪ੍ਰੋਸੈਸਿੰਗ ਅਤੇ ਐਗਰੀਕਲਚਰ ਪ੍ਰੋਡਕਟਸ ਨੂੰ ਐਕਸਪੋਰਟ ਨੂੰ ਵਧਾਉਣਾ ਅਤੇ ਕਿਸਾਨਾਂ ਦੀ ਉਮਰ ਵਧਾਉਣ ਵੱਲ ਧਿਆਨ ਦੇ ਰਹੀ ਹੈ। ਅਤੇ ਜਿਹੜੇ ਪਲਾਨ ਤਿਆਰ ਕੀਤਾ ਗਿਆ ਉਹਦੇ ਬਾਰੇ ਤੁਹਾਨੂੰ ਦੱਸ ਦਿਆਂ ਕਿ ਮੋਦੀ ਸਰਕਾਰ ਦੇਸ਼ ਵਿੱਚ ਈ ਮੰਡੀਆਂ ਦਾ ਦਾਇਰਾ ਵਧਾਉਣ ਜਾ ਰਹੀ ਹੈ, ਅਤੇ ਦੂਜਾ ਦੇਸ਼ ਵਿੱਚ ਫਿਲਹਾਲ ਈ ਮੰਡੀਆਂ ਦੀ ਸੰਖਿਆ 585 ਹੈ, ਅਤੇ ਸਰਕਾਰ 200 ਨਵੀਆਂ ਈ ਮੰਡੀਆਂ ਹੋਰ ਸ਼ੁਰੂ ਕਰੇਗੀ, ਅਤੇ ਦੇਸ਼ ਵਿੱਚ ਸਾਲ ਦੇ ਅੰਤ ਤੱਕ ਇਸ ਦੀ ਸੰਖਿਆ ਵੱਧ ਕੇ 785 ਹੋ ਜਾਵੇਗੀ। ਸਰਕਾਰ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਲੈਬ ਸਥਾਪਿਤ ਕਰੇਗੀ। ਲੈਬ ਨੂੰ ਬਣਾਉਣ ਲਈ ਹਰ ਮੰਡੀ ਨੂੰ 3 ਲੱਖ ਰੁਪਇਆ ਮਿਲੇਗਾ। ਇਸ ਤੋਂ ਬਾਅਦ ਕਿਸਾਨਾਂ ਨੂੰ ਸਰਟੀਫਿਕੇਟ ਵੀ ਮਿਲੇਗਾ। ਸਾਲ ਦੇ ਅੰਤ ਤੱਕ ਸਰਕਾਰ ਨੇ 16 ਰਾਜਾਂ ਦੇ 2 ਕੇਂਦਰ ਸ਼ਾਸਿਤ ਰਾਜਾਂ ਦੀਆਂ ਮੰਡੀਆਂ ਨੂੰ ਜੋੜਨ ਦੀ ਯੋਜਨਾ ਜਿਹੜੀ ਬਣਾਈ ਹੈਗੀ ਆ। ਇਹ ਸੀਗੀ ਜੀ ਇਸ ਸਮੇਂ ਦੀ ਲੇਟੈਸਟ ਅਤੇ ਸਭ ਤੋਂ ਵੱਡੀ ਜਾਣਕਾਰੀ। ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਕਿਸਾਨਾਂ ਨੂੰ ਸਾਰਾ ਕੁਝ ਪਤਾ ਲੱਗ ਸਕੇ। ਅਤੇ ਅਸੀਂ ਹਾਜ਼ਰ ਹੁੰਦੇ ਹਾਂ ਤੁਹਾਡੇ ਲਈ ਕਿਸੇ ਨਵੀਂ ਅਪਡੇਟ ਦੇ ਨਾਲ। ਤਦ ਤੱਕ ਲਈ ਧੰਨਵਾਦ ਵੀਰੋ।